सोने पंजाब की सोहनी गल तो सोहनी लुटती सोहनी खसुट ये किवें किवें सोहनी हो गई तो किस किस तरह कित्थे कित्थे सोहनी हो के रह गई। ये गल तुहाडे नाल ट्रैवल एजेंटां दी ठगी कर रही है सारियां नूं हालों बेहाल तो ये की हो रहा है। इहदे उत्ते अजे तक पंजाब सरकार या भारत सरकार ने कोई ऐसा पार्लीमेंट या सैशन या पंजाब सरकार ने कोई संविधानक सैशन या हरियाणा सरकार ने कोई संविधानक सैशन नहीं सद्या कि इहदे उत्ते ट्रैवल एजेंट जिहड़े धोखा करदे ने बच्चों नाल बच्चों की जिंदगी नाल खिलवाड़ करदे ने उन्हां लई उम्र कैद का प्रावधान तो उन्हां दी जायदाद कुरकी ਲਈ ਅਜੇ ਤੱਕ ਕਾਨੂੰਨ ਕਿਉਂ ਨਹੀਂ ਬਣਾਏ ਗਏ। ਆ ਹੁਣੇ ਹੁਣੇ ਤਾਜ਼ੀ ਖਬਰ ਆਈ ਹੈ ਮਲੇਸ਼ੀਆ ਦੇ ਵਿੱਚ ਪੰਜਾਬ ਦੀ ਧੀ ਧੋਖਾਧੜੀ ਦਾ ਹੋਈ ਸ਼ਿਕਾਰ। ਟਰੈਵਲ ਏਜੰਟਾਂ ਦੀ ਜਿਹੜੀ ਖੁੱਲ੍ਹੀ ਹੈ ਬੇਨਕਾਬੀ ਨਿਕਾਬ ਹੋ ਗਈ ਹੈ ਉਹਦੇ ਵਿੱਚ ਜਿਹੜੀ ਹੈ ਇਹ ਚੀਜ਼ ਤੁਸੀਂ ਦੇਖ ਲਓ ਕਿ ਉਹਨਾਂ ਨੂੰ ਸਿਰਫ ਆਪਣੀਆਂ ਰੋਟੀਆਂ ਦਾ ਹੀ ਜਿਹੜਾ ਫਿਕਰ ਹੈ ਉਹਨਾਂ ਨੂੰ ਧੋਖਾਧੜੀ ਜਾਂ ਫੇਕ ਡਿਗਰੀ ਹੋਲਡਿੰਗ ਦਾ ਕੋਈ ਫਿਕਰ ਨਹੀਂ। ਅੱਜ ਹੁਣ ਤੁਸੀਂ ਦੇਖੋ एक खबर और बड़ी सोशल मीडिया ते वायरल हो रही है बड़ी स्पीड नाल हो रही है कि 31 अगस्त तक 260,000 बच्चा जेड़ा भारत तो जा रहा है या पंजाब तो जा रहा है कनेडा नूं पढ़न दे बेस ते जा रहा है ते 65,000 करोड़ रुपया जेड़ा अनुमानित जेड़ी है भारत की जेड़ी करंसी वो बाहर जा रही है ते जेड़ी साड़ी निर्मला ताई है उन्हें अजे तक ਇਹਦੇ ਉੱਤੇ ਕਿਉਂ ਕੋਈ ਨਹੀਂ ਕੀਤੀ ਕਾਰਵਾਈ ਅਤੇ ਕਿਸ ਵਜ੍ਹਾ ਕਰਕੇ ਉਸਨੇ ਇਸ ਮੇਕ ਇਨ ਇੰਡੀਆ ਭਾਰਤ ਦੇ ਨੂੰ ਅਜੇ ਤੱਕ ਉਜਾਗਰ ਕਰਨ ਦਾ ਯਤਨ ਨਹੀਂ ਕੀਤਾ ਜਿਹੜਾ ਮੋਦੀ ਜੀ ਨੇ ਚਲਾਇਆ ਸੀ। ਮੇਡ ਇਨ ਇੰਡੀਆ ਰਿਹਾ ਨਹੀਂ ਮੇਕ ਇਨ ਇੰਡੀਆ ਕਿਹਾ ਨਹੀਂ ਅਤੇ ਅੱਗੋਂ ਗੱਲ ਹੋਈ ਨਹੀਂ ਅਤੇ ਕੋਈ ਗੱਲ ਬਣੀ ਨਹੀਂ ਅਤੇ ਇਹ ਕੀ ਹੋਇਆ ये देशवासियों नाल करता खिलवाड़। 2 करोड़ नौकरियां जिहड़ियां सीगियां हर साल 2 करोड़ नौकरियां जिहड़ियां सी हर साल भारतीयां नूं मिलनियां सी ये किड्डा वड्डा जुमला ये जुमला पै गया जे बड़ा वड्डा इन्हां दे सिर दे उत्ते क्योंकि 2024 लई बुखलाट जिहड़ी है सिमरती हैरानी जिहड़ी इन्हां दी फायर ब्रांड विमेन एम्पावरमेंट है उहदे राहीं साफ ते स्पष्ट तौर ते जिहड़ी फ्लाइंग किस है ਉਹਦੇ ਰਾਹੀਂ ਆ ਗਈ ਹੈ। ਇਹ ਜਿਹੜੀ ਫਲਾਇੰਗ ਕਿੱਟ ਸੀ ਇਹ ਕਿੱਥੇ ਲੈਂਡ ਕੀਤੀ ਹੈ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹਦੀ ਲੈਂਡਿੰਗ ਕਿੱਥੇ ਹੋਈ ਹੈ। ਫਲਾਇੰਗ ਹੋ ਗਈ ਕਿਸ ਵੀ ਹੋ ਗਈ ਅਤੇ ਲੈਂਡਿੰਗ ਕਿੱਥੇ ਹੋਈ ਇਹ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ। ਇਹ ਜਿਹੜੀਆਂ ਜੁਮਲੇ ਵਾਲੀਆਂ ਸਰਕਾਰਾਂ ਨੇ ਇਹ ਇਸ ਵੇਲੇ ਇਹਨਾਂ ਨੂੰ ਆਪਣੀ ਗੱਦੀ ਬਚਾਉਣ ਦੀ ਨਹੀਂ ਇਹਨਾਂ ਨੂੰ ਆਪਣੀ ਜਿਹੜੀ ਜੇਲ੍ਹ ਨਜ਼ਰ ਆ ਰਹੀ ਹੈ ਜਿਹੜੇ ਲੋਕਾਂ ਨਾਲ ਲੋਕਤੰਤਰ ਨਾਲ ਝੂਠੇ ਵਾਅਦੇ ਕੀਤੇ ਨੇ ਕੌਂਸਟੀਟਿਊਸ਼ਨ ਦਾ ਖਿਲਵਾੜ ਕੀਤਾ ਪੈਰ ਪੈਰ 'ਤੇ ਅਤੇ ਜੁਮਲੇਬਾਜ਼ੀਆਂ ਐਸੀਆਂ ਛੱਡੀਆਂ ਕਿ ਮੋਦੀ ਜੀ ਨੂੰ ਖੁਦ ਨੂੰ ਨਹੀਂ ਪਤਾ ਕਿ ਉਹਨਾਂ ਦੇ ਥਿੰਕ ਟੈਂਕ ਨੇ ਉਹਨਾਂ ਤੋਂ ਕਿੱਡੇ ਵੱਡੇ ਝੂਠ ਬੁਲਵਾ ਦਿੱਤੇ ਅਤੇ ਵਿਚਾਰਾ ਮਾਰਿਆ ਗਿਆ ਪ੍ਰਧਾਨ ਸੇਵਕ ਅਤੇ ਪ੍ਰਧਾਨ ਚੌਕੀਦਾਰ। ਇਹ ਸਾਰੀ ਕਸ਼ਮਕਸ਼ ਨਾਲ ਹੋ ਗਿਆ ਖਿਲਵਾੜ ਕਿਵੇਂ ਅਤੇ ਕਿਸ ਤਰ੍ਹਾਂ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਉਜਾਗਰ ਕਰਨ ਦੀ ਜ਼ਰੂਰਤ ਨਹੀਂ ਗੱਲ ਕਹਿਣ ਦੀ ਜ਼ਰੂਰਤ ਨਹੀਂ ਗੱਲ ਸਿਰਫ ਹਿੰਦੀ ਕਰਨੀ ਹੈ ਕਿ ਜੋ ਫਜ਼ੀਅਤ ਰਾਣੀ ਨੇ ਇਨਵਾਈਟ ਕਰ ਲਈ ਫਲਾਇੰਗ ਕਿਸ ਦੇ ਉੱਤੇ ਉਹ ਜਿਹੜੀ ਹੈ ਇੱਕ ਐਸਾ ਵੱਡਾ ਪ੍ਰਤੀਕਰਮ ਹੋਇਆ ਕਿ ਰਾਹੁਲ ਗਾਂਧੀ ਦਾ i.n.d.i.a.india ਜਿਹੜਾ ਇਹ ਵਿਪਕਸ਼ ਦਾ ਜਿਹੜਾ ਇਸ ਨੂੰ ਐਡੀ ਵੱਡੀ ਉਡਾਨ ਇਹਨਾਂ ਦੇ ਜੁਮਲਿਆਂ ਨੇ ਦੇ ਦਿੱਤੀ ਕਿ ਇਹਨਾਂ ਨੂੰ ਇਨਸਾਫ ਅਤੇ ਸਪਸ਼ਟ ਤੌਰ 'ਤੇ ਨਜ਼ਰ ਆ ਰਿਹਾ ਕਿ ਗੋਦੀ ਮੀਡੀਆ ਨੇ ਵੀ ਮਰਵਾ ਦਿੱਤਾ ਉਹਨਾਂ ਨੇ ਵੀ ਆਪਣੀਆਂ ਸੁਰਾਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਦਾ ਅਸੀਂ ਨਾ ਦੇਸ਼ ਵਿੱਚ ਕਰ ਸਕੇ ਕੁਛ ਖਿਆਲ ਨਾ ਵਿਦੇਸ਼ ਵਿੱਚ ਕਰ ਸਕੇ ਅਤੇ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਕੇ ਰੱਖੀ ਅਸੀਂ ਉਹਨਾਂ ਦੀਆਂ ਜਾਇਦਾਦਾਂ ਕਿਉਂ ਕੁਰਕ ਨਹੀਂ ਹੋਈਆਂ ਅਜੇ ਤੱਕ ਕਿਉਂ ਉਹਨਾਂ ਨੂੰ 20-20 ਸਾਲ ਦੀ ਜਾਂ ਉਮਰ ਕੈਦ ਕਿਉਂ ਨਹੀਂ ਹੋਈ। ਇਸ ਦੇ ਉੱਤੇ ਇਹ ਚੰਗੇ ਦਿਨ ਵਾਲੀ ਸਰਕਾਰ ਦੱਸ ਦੇਵੇ ਜ਼ਰੂਰ ਭਾਰਤ ਵਾਸੀਆਂ ਨੂੰ ਵੀ ਦੀ ਪੀਪਲ ਆਫ ਇੰਡੀਆ ਨੂੰ ਕਿ ਸੰਵਿਧਾਨਕ ਧੱਜੀਆਂ ਉਡਾਉਣ ਤੋਂ ਬਿਨਾਂ ਕੀਤਾ ਕੀ ਹੈ ਅਸੀਂ ਅਤੇ ਇਹ ਹੁਣ ਜਿਹੜੀ ਕਾਨੂੰਨ ਹੈ ਕਾਨੂੰਨ ਵਿਵਸਥਾ ਹੈ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ
ਉਹਦੇ ਵਿੱਚ ਬਦਲਾਓ ਲਿਆ ਰਹੇ ਨੇ। ਇਹ ਬਦਲਾਓ ਕਿਹੋ ਜਿਹੇ ਲਿਆਏ ਨੇ, ਇਹ ਤੁਹਾਨੂੰ ਦੱਸ ਦਿੰਦਾ। ਉਹੋ ਜਿਹੇ ਬਦਲਾਓ ਲਿਆਏ ਨੇ ਜਿਵੇਂ ਸਮਾਰਟ ਸਿਟੀ ਜੁਮਲੇ ਬਣ ਗਏ, ਅਤੇ ਸਮਾਰਟ ਸਿਟੀ ਦੇ ਵਿੱਚ ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਜਿਹੜੀ ਪਹਿਲੀ ਸਮਾਰਟਨੈਸ ਸਿਟੀ ਦੀ ਉਹ ਮੇਨਟੇਨ ਵੀ ਰਹੀ ਹੈ ਜਾਂ ਨਹੀਂ, ਨਵੀਂ ਆਈ ਹੈ ਜਾਂ ਨਹੀਂ, ਇਹਦੇ ਉੱਤੇ ਕੋਈ ਗੱਲ ਨਹੀਂ ਹੋਈ। ਗੱਲ ਇਹ ਹੁਣ ਰਹਿ ਗਈ ਹੈ ਇੱਕ ਕਰਨ ਵਾਲੀ ਕਿ ਇਸ ਵੇਲੇ ਇਹ ਪਲ ਪਲ ਗਿਣਦੀ ਸਰਕਾਰ, ਅਤੇ ਇਹਦੇ ਕੁਝ ਨਾ ਅਖਤਿਆਰ, ਇਹ ਸਿਰਫ ਇੱਕ ਦੇਸ਼ ਦੇ ਬੱਚਿਆਂ ਲਈ ਇੱਕ ਇਹ ਗੱਲ ਕਰ ਜਾਵੇ ਕਿ ਜਿਹੜੇ ਟਰੈਵਲ ਏਜੰਟਾਂ ਨੇ ਕਿਸੇ ਵੀ ਰਾਜ ਤੋਂ ਕਿਸੇ ਵੀ ਬੱਚੇ ਨਾਲ ਖਿਲਵਾੜ ਕੀਤਾ ਵਿਦੇਸ਼ ਭੇਜਣ ਲਈ, ਉਹਨਾਂ ਦਾ ਕੀ ਅਸਰ ਹੋਏਗਾ। 260,000 ਬੱਚੇ ਜਿਹੜੇ ਨੇ ਅਗਸਤ ਦੇ ਅਖੀਰਲੇ ਮਹੀਨੇ ਤੱਕ, ਅਖੀਰਲੇ ਦਿਨ ਤੱਕ ਵਿਦੇਸ਼ ਦੀ ਉਡਾਰੀ ਕੈਨੇਡਾ ਦੀ ਲਾਉਣ ਦੀ ਤਿਆਰ ਨੇ। ਕੈਨੇਡਾ ਦੀਆਂ ਤਾਂ ਤਿਜੋਰੀਆਂ ਭਰ ਗਈਆਂ ਅਤੇ ਭਾਰਤ ਦੀਆਂ ਤਿਜੋਰੀਆਂ ਹਰ ਗਈਆਂ। ਇਹ ਕਿੱਥੇ ਜਾਏਗੀ ਗੱਲ, ਕਿੱਥੇ ਰਹੇਗੀ ਗੱਲ? ਜਿਹੜੇ ਪਿਛਲੇ ਸਾਲ ਸਤੰਬਰ ਜਾਂ ਜਨਵਰੀ ਜਾਂ ਹੋਰ ਇਨਟੇਕਸ ਦੇ ਵਿੱਚ ਗਏ ਸਨ ਬੱਚੇ, ਉਹ ਕੰਮ ਮਿਲਿਆ ਉਹਨਾਂ ਨੂੰ ਜਾਂ ਨਹੀਂ ਮਿਲਿਆ? ਲੇਕਿਨ ਇਹ ਜਿਹੜੀ ਹੋਰ ਤੇ ਦੌੜ ਲੱਗੀ ਹੋਈ ਹੈ ਦੇਸ਼ ਵਿੱਚੋਂ ਪੈਸਾ ਜਾਣ ਦੀ, ਇਹਨੂੰ ਵੀ ਨੱਥ ਨਿਰਮਲਾ ਰਾਈ ਨਹੀਂ ਪਾ ਸਕੀ। ਜੇ ਨਿਰਮਲਾ ਤਾਈ ਨੱਥ ਨਹੀਂ ਪਾ ਸਕੀ ਤਾਂ ਫਿਰ ਇਹ ਜਿਹੜਾ RSS ਦਾ ਪਰਿਵਾਰਵਾਦ ਹੈ, ਇਹ ਪਰਿਵਾਰਵਾਦ ਜਿਹੜਾ ਇਹ ਆਪਣਿਆਂ ਨੂੰ, ਸਿਰਫ ਆਪਣੇ ਬੱਚਿਆਂ ਨੂੰ ਹੀ ਜਿਹੜੇ ਹੈ ਭਾਰਤ ਵਿੱਚ ਨਹੀਂ ਪੜ੍ਹਾਉਂਦੇ, ਵਿਦੇਸ਼ਾਂ ਵਿੱਚ ਪੜ੍ਹਾਉਂਦੇ ਆ, ਉਹਨਾਂ ਲਈ ਸਾਰੀ ਸੁੱਖ ਸਹੂਲਤ ਦਾ ਪ੍ਰਬੰਧ ਕਰਦੇ ਹਾਂ। ਅੱਜ ਗੱਲ ਇੰਨੀ ਕੁ ਨਾਲ ਕਰਦਾ, ਸਤਿ ਸ਼੍ਰੀ ਅਕਾਲ। ਅਗਲੀ ਗੱਲ ਵਿੱਚ ਫਿਰ ਕਰਾਂਗਾ ਆਪਣੇ ਦੇਸ਼ ਦੇ ਬੱਚਿਆਂ ਦੀ ਜਿਹੜੀ ਗੱਲ ਹੈ ਉਸ ਦਾ ਖਿਆਲ, ਗੱਲਾਂ ਇੰਨੀਆਂ ਕੁ ਨਾਲ ਕਰਦਾ। ਸਤਿ ਸ਼੍ਰੀ ਅਕਾਲ। ਮੇਰੀ ਇਸ ਯੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ, ਬੈੱਲ ਬਟਨ ਵੀ ਦਬਾ ਦੇਣਾ, ਅਤੇ ਜਿਹੜੇ ਨਵੇਂ ਜੁੜ ਰਹੇ ਸੱਜਣ ਹੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਨੂੰ ਅੱਗੇ ਤੋਂ ਅੱਗੇ ਵਧਾ ਦੇਣਾ ਤਾਂ ਕਿ ਦੇਸ਼ ਦੇ ਬੱਚਿਆਂ ਦਾ, ਦੇਸ਼ ਦੀਆਂ ਧੀਆਂ ਦਾ ਖਿਲਵਾੜ ਨਾ ਹੋਵੇ। ਜੋ ਹਨਨ ਉਹਨਾਂ ਦਾ ਹੋ ਰਿਹਾ, ਉਹਨਾਂ ਦੇ ਹੱਕਾਂ ਦਾ ਹਨਨ ਹੋ ਰਿਹਾ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹ ਵੀ ਆਈਡੈਂਟੀਫਾਈ ਕਰਨਾ ਸਰਕਾਰ ਨੂੰ, ਦਰੋ ਕਰਨਾਰ ਹੈ ਜਾਂ ਨਹੀਂ।